ਜੇ ਗੁਰੂ ਨੇ ਵਡਿਆਈ ਕਰਕੇ ਆ ਉਹ ਚੌੜਾ ਹੋ ਗਿਆ ਪਾਟਵਾ ਹੋ ਗਿਆ, ਜੇ ਗੁਰੂ ਨੇ ਝਿੜਕ ਮਾਰਤੀ ਫਿਰ ਬਾਬਾ ਜੀ ਕਹਿ ਰਹੇ ਨੇ ਭਾਈ ਗੱਲ ਸੁਣੋਗੇ ਇਹ ਸਾਰਾ ਕੁਛ ਤਸੱਲੀ ਦੇਣ ਦਾ ਫਿਰ ਤੁਹਾਡੇ ਕੋਲ ਗੁਰੂ ਪੂਜਾ ਦੀਆਂ ਲਿਖਤਾਂ ਨੇ ਵੇਦਾ ਸ਼ਾਸਤਰਾਂ ਦੇ ਰੂਪ ਵਿੱਚ ਗ੍ਰੰਥ ਕਿਤਾਬਾਂ ਦੇ ਰੂਪ ਵਿੱਚ ਉਹਨਾਂ ਨੂੰ ਪੜ੍ਹ ਕੇ ਸਾਨੂੰ ਤਸੱਲੀ ਹੁੰਦੀ ਹੈ ਕਿ ਜੋ ਗੁਰੂ ਕਹਿ ਰਹੇ ਠੀਕ ਹੈ। ਹੁਣ ਇੱਥੇ ਬਾਬਾ ਜੀ ਦੁਆਰੇ ਕੋਲੋਂ ਲਿਖੀ ਹੈ ਕਿੱਥੇ ਲਿਖਿਆ ਛੱਡੇ ਜਦੋਂ ਕਿੱਥੇ ਲਿਖਿਆ ਸਮਤਾ ਕਿੱਥੇ ਲਿਖਿਆ ਛੱਡ ਮੋਤੀ ਕਿੱਥੇ ਲਿਖਿਆ ਦੁੱਖ ਹੁੰਦਾ ਬਾਬਾ ਕਾਲਸ ਜੀ ਕਹਿੰਦੇ ਪੁੱਤੇ ਜਮਨ ਚਲ ਗਿਆ ਉਹ ਕਿੱਥਾ ਤੈਨੂੰ ਰੱਬ ਨੇ ਪਰਿਵਾਰ ਦਿੱਤਾ ਤੈਨੂੰ ਸੰਸਾਰ ਵਿੱਚ ਪੈਦਾ ਕੀਤਾ ਜੀਵ ਵਾਸਤੇ ਜੇਕਰ ਤੂੰ ਸੰਸਾਰ ਛੱਡ ਕੇ ਜੰਗਲਾਂ ਨੂੰ ਭੱਜਦਾ ਬੱਚਿਆਂ ਨੂੰ ਛੱਡ ਕੇ ਭੱਜਦਾ ਨਾ ਜੀ ਮੈਂ ਤਾਂ ਪਤੀ ਬਣ ਗਿਆ ਗੱਲ ਸੁਣੋ ਇੱਕ ਬੰਦਾ ਆਪਣੀ ਸੰਸਥਾ ਵਾਲੇ ਬੰਦੇ ਇਕੱਠੇ ਬੈਠੇ ਉਹਨਾਂ ਨੂੰ ਕਹਿੰਦਾ ਵੀ ਮੈਂ ਹੁਣ ਸਭ ਕੁਛ ਤਪ ਕਰੂੰਗਾ ਜੰਗਲਾਂ 'ਚ ਮੈਂ 10 ਸਾਲ ਦਾ ਤਪ ਕਰਕੇ ਆਊਂਗਾ ਆਪਣੇ ਆਪ ਨੂੰ ਸਾਧ ਕੇ ਆਊਂਗਾ ਸਾਰੇ ਗੁੱਸੇ ਬੜੇ ਗੁੱਸੇ ਕਹਿੰਦਾ ਮਹਾਰਾਜ ਜਾਓ ਉਹਨੂੰ ਵਿਦਾ ਕੀਤਾ ਵਿਦਾ ਹੋਣ ਤੋਂ ਬਾਅਦ ਠੀਕ ਤਰ੍ਹਾਂ ਸਾਡਾ ਬੰਦਾ ਆਉਣ ਵਾਲਾ ਜਿਹੜਾ ਸਾਡਾ ਗੁਰੂ ਠੀਕ ਹੈ ਤਾਂ ਉਹਨੂੰ ਲੈ ਗਏ ਉਹ ਆ ਗਿਆ 10 ਸਾਲ ਪੂਰੇ ਇਕੱਠੇ ਤੁਰ ਗਿਆ ਬੜੇ ਹਾਰ ਪਾਏ ਬੜੇ ਢੋਲ ਵੱਜੇ ਭੰਗੜੇ ਵੱਜੇ ਤੇ ਨਾਲ ਪੂਰੇ ਆ ਰਹੇ ਨੇ ਸੰਗਤ ਪਿਆਰੇ ਕੋਈ ਕਰੋਨਾ ਪਿਆਰਾ ਉਹਦਾ ਬਰਾਬਰ ਬਰਾਬਰ ਚੱਲ ਰਿਹਾ ਕਿਉਂਕਿ ਇਹੋ ਜਿਹੀ ਕੱਟ ਵਿੱਚ ਧੱਕੇ ਹੋਏ ਬਣ ਗਈ ਹੈ ਤਾਂ ਤੁਰੇ ਜਾ ਰਹੇ ਨੇ ਕੀ ਹੋਇਆ ਜਿਹੜਾ ਨਾਲ ਪਿਆਰਾ ਸੀ ਨਾ ਉਹ ਤੁਰੇ ਜਾਂਦੇ ਤਾਂ ਉਹਦਾ ਧਿਆਨ ਸੀ ਉਹਦੇ ਗੀਤ ਗਾਉਣ 'ਚ ਉਹਦੇ ਮਹਿਮਾ ਕਰਨ 'ਚ ਉਹਦਾ ਪਿਆਰ ਪੈਰ ਚੱਗਿਆ ਉਹਦੇ ਪੈਰ 'ਤੇ ਉਹ ਜਿਹੜਾ ਤਪ ਕਰਕੇ ਉਹਦੇ ਪੈਰ 'ਤੇ ਖੇਡਿਆ ਜਿਹੜਾ ਕਹਿੰਦਾ ਮੈਂ 10 ਸਾਲ 'ਚ ਆਪਣੇ ਆਪ ਨੂੰ ਸਾਧ ਕੇ ਆ ਗਿਆ ਆਪਣੇ ਆਪ ਨੂੰ ਖਤਮ ਕਰਕੇ ਆ ਗਿਆ ਉਹ ਗੱਲਾਂ ਤੋਂ ਬੰਨਾ ਹੋਇਆ ਮੇਰੇ ਪੈਰ ਬੜੀ ਜਾਣਾ ਉਹ ਕਹਿੰਦਾ ਬਸ ਤਾਂ ਹੀ ਤਪ ਕਰਕੇ 10 ਸਾਲ 'ਚ ਆਹੀ ਤਾਂ ਕਿਹਾ ਦਿੰਦਾ ਤੂੰ ਤਾਂ ਅਜੇ ਹੋਣੇ ਤਾਂ ਹੋਣੇ ਪਿਆ 10 ਸਾਲ 'ਚ ਕਰਕੇ ਆਇਆ ਹੁਣ ਕੀ ਦੱਸਦਾ ਲਓ ਸੰਗਤ ਕਦੋਂ ਦੇ ਜੁੜਿਆ ਕੀ ਉਹਨਾਂ ਟਾਈਮ ਸਾਡਾ ਕਦੋਂ ਲਾਇਕ ਹੋ ਗਿਆ ਕੀ ਅਸੀਂ ਪੂਰੇ ਇੱਕ ਧਾਰਾਈ ਕਰਦਾ ਕਰਕੇ ਅਮਲ ਕਰਾਇਆ ਹੁਣ ਇੱਥੇ ਬਾਬਾ ਜੀ ਸਮਝਾ ਰਹੇ ਨੇ ਉਹ ਦੁੱਖਾ ਜੇ ਮੇਰੇ ਤੇ ਗੁਰੂ ਕਹਿੰਦਾ ਤਸੱਲੀ ਨਹੀਂ ਕਰਦਾ ਤਾਂ ਇਹ ਦੱਸ ਦੇ ਮੈਂ ਜੇ ਤੂੰ ਸਾਰੇ ਜਿਹੜੇ ਕੰਮ ਤੂੰ ਕਰਦਾ ਚੰਗੇ ਨੇ ਮਾੜੇ ਕਿੱਥੇ ਲਿਖਿਆ ਹੈ ਕਿ ਅੱਗ ਦੇ ਵਿੱਚ ਬੈਠ ਭੂਮਿਆਂ ਦਾ ਨਾ ਜੀ ਉਹ ਬਹਿ ਜਾਂਦਾ ਤੇ ਭੈਣਾ ਫਿਰ ਕੀ ਹਾਏ ਹਾਏ ਲੈ ਲੈ ਕੇ ਖਾ ਭਰ ਕੇ ਆਟੇ ਦੇ ਗੁਰ ਦੇ ਸ਼ੱਕਰ ਦੇ ਖਾਣੇ ਦੇ ਉਹਨੇ ਭੁੱਲ ਜਾਂਦੀਆਂ ਨੇ ਕਿਉਂ ਬਈ ਉਹ ਤਾਂ ਬੜਾ ਬਈ ਜਿਹੜਾ ਉਹ ਸਾਫ਼ ਤਾਂ ਬੜਾ ਬਣਿਆ ਕਿਉਂ ਬਈ ਉਹ ਤਾਂ ਜਿੱਦੋਂ ਕਰ ਰਿਹਾ ਦਿਲ ਧਾਰਾ ਉਹ ਤਾਂ ਅਗਲੇ ਵਿਚਾਲੇ ਬੈਠਾ ਸੱਤ ਭੂਮੀਆਂ ਦੇ ਹੁਣ ਤਾਂ ਫੇਕ ਨਹੀਂ ਲੱਗਦਾ ਸਤਸੰਗ ਤੇ ਇਹੋ ਜਿਹੀਆਂ ਜੜੀ ਬੂਟੀਆਂ ਖਾ ਜਾਂਦੇ ਲੋਕ ਇਹਨਾਂ ਨੂੰ ਨਸਲ ਲੈਂਦੇ ਆ ਇਸ ਕਰਕੇ ਸਾਫ਼ ਨੇ ਸ਼ਾਇਦ ਕੱਲ੍ਹ ਪਰਸੋਂ ਗੱਲ ਸੁਣਾਈ ਸਾਡੇ ਪਿੰਡ ਤੋਂ ਜਿਹੜੇ ਗੱਗਰ ਤੁਰ ਪੈਂਦਾ ਤੂੰ ਲੋਕ ਸਾਫ਼ ਗੱਗਰ ਕੋਲ ਜਾ ਰਹੇ ਰਸਤੇ 'ਚ ਬੀੜ ਹੈ ਉਹ ਬੀੜ ਦੇ ਕਿਨਾਰੇ 'ਤੇ ਇੱਕ ਬੜਾ ਵੱਡਾ ਬੋਰ ਚਿੱਟਾ ਤਾਂ ਧਿਆਨ ਨਾਲ ਸੁਣਿਆ ਗੱਲ ਉੱਥੇ ਕੱਠ ਬੜਾ ਹੋਇਆ ਸਾਡਾ ਮੈਂ ਮੋਟਰਸਾਈਕਲ ਜਾ ਰਿਹਾ ਸੀ ਇੱਕ ਵੇਲੇ ਜਾਣ ਨਾਲ ਖੜਾ ਸੀ ਮੇਰੇ ਮੇਰੇ ਆਜੋ ਆਜੋ ਕਰ ਲਈ ਜਾਓ ਤੁਹਾਨੂੰ ਦਿਖਾਈਏ ਤੁਹਾਨੂੰ ਕੀ ਹੋ ਰਿਹਾ ਮੇਰਾ ਸਾਹਿਬ ਜੀ ਉਹਨੇ ਫੜਾ ਫੜ ਉਹ ਜਿਹੜੇ ਬੰਦੇ ਖੜੇ ਸੀ ਪੋਲੇ ਨੂੰ ਕੁੱਟਿਆ ਆ ਬੰਦੇ ਨੂੰ ਅੱਗੇ ਨਹੀਂ ਮਿਲਦੇ ਜਦੋਂ ਅੱਗੇ ਜਾ ਕੇ ਦੇਖਿਆ ਉਹਦਾ ਬੰਦਾ ਨਾ ਲੱਕ ਨਾਲ ਬੰਨੀ ਫਟੀ
ਉੱਤੇ ਨੱਸੇ ਉਹਨੇ ਤੇ ਆ ਸਰੀਰ ਸਾਥੀ ਉੱਤੇ ਸੁੱਟੀ ਤੇ ਲੱਤਾਂ ਇੱਕ ਲੱਤ ਭਾਰ ਜਿਹੜਾ ਦੂਜੀ ਲੱਤ ਐਡੀ ਹੋ ਗਈ ਆਪ ਹੀ ਬਣ ਮੈਂ ਤੇਰਾ ਦੇਖਿਆ ਸੰਤ ਤੈਨੂੰ ਕੀ ਕਹਾਂ ਮੈਂ ਇਹਦੇ ਨੂੰ ਸੰਤ ਕੌਣ ਕਹਿ ਲੋ ਇਹ ਤਾਂ ਆਪਣੇ ਆਪ ਦੇ ਪਾਪ ਕਰ ਰਹੇ ਆ ਸੰਤ ਕਿਵੇਂ ਹੋ ਸਕਦਾ ਜਿਹੜਾ ਆਪਣੇ ਆਪ ਦੇ ਸਰੀਰ ਨੂੰ ਚੋਰੀ ਕਰ ਰਿਹਾ ਇਹਨੂੰ ਤੂੰ ਸੰਤ ਕਹਿ ਰਿਹਾ ਇਹ ਤਾਂ ਪਸ਼ੂ ਆ ਪਸ਼ੂ ਨੂੰ ਵੀ ਪੜਾ ਜੇ ਸਭ ਤੋਂ ਵੱਡੀ ਦਾਤ ਹੈ ਤੈਨੂੰ ਬਾਕੀ ਇਹਨੂੰ ਤੋੜ ਰਿਹਾ ਤਾਇਆ ਸਰੀਰ ਨੂੰ ਕਹਿੰਦੇ ਆ ਇਸ ਕਰਕੇ ਸਾਧਨ ਦਾ ਨੁਕਸਾਨ ਹਟਦਾ ਨਹੀਂ ਇਹਨੂੰ ਕਾਹਲੀ ਹੈ ਛੇਤੀ ਛੇਤੀ ਮੈਂ ਹਵਾ ਚੁੱਕਣ ਲੱਗ ਗਿਆ ਮੇਰੀਆਂ ਗੱਲਾਂ ਆਇਆ ਚਲੋ ਮੈਂ ਜਿਹਨੂੰ ਕਹਿ ਰਿਹਾ ਹੋਈ ਕੁਛ ਹੋ ਗਿਆ ਛੇ ਲੋਕ ਹੋਈ ਦੂਜਿਆਂ ਨਾਲ ਇਹ ਚੀਜ਼ਾਂ ਨਾਲ ਇਹਦਾ ਹੁੰਦਾ ਕਿਤੇ ਹੁੰਦਾ ਠੀਕ ਹੈ ਤਪ ਕਰਨ ਵਾਲੀ ਚੀਜ਼ਾਂ ਖਾਧੀਆਂ ਜਾਂਦੀਆਂ ਨੇ ਪਰ ਮੁਕਤੀ ਨਹੀਂ ਹੁੰਦੀ ਮੁਕਤੀ ਸਵਾਲ ਸਤਿਗੁਰੂ ਤੋਂ ਕਿਤੇ ਨਹੀਂ ਹੋ ਸਕਦੀ ਇਸ ਕਰਕੇ ਬਾਬਾ ਜੀ ਨੇ ਸਵਾਲ ਕੀਤਾ ਕਿ ਦਾਤਾ ਨੇ ਕਿਤੇ ਨਹੀਂ ਲਿਖਿਆ ਇਹ ਕੰਮ ਕਰਨ ਵਿੱਚ ਪਹਿਲ ਹੈ ਜੇ ਰਜ਼ਾ ਤਾਂ ਮੈਂ ਨਹੀਂ ਕਰਨ ਲੱਗ ਜੂ ਅੱਗੇ ਕੀ ਕਹਿ ਰਹੇ ਕਿੱਥੇ ਲਿਖਿਆ ਸ਼ਬਦ ਦੇ ਬੱਚੇ ਕਿੱਥੇ ਲਿਖਿਆ ਭੇਸ ਪਟਾਰਾ ਕਿੱਥੇ ਲਿਖਿਆ ਬਾਂਝਾ ਸਾਧੂ ਕਿੱਥੇ ਲਿਖਿਆ ਧੱਕੇ ਖਾ ਸਤਿਗੁਰੂ ਆਪਣੇ ਵਿਸ਼ੇ ਦਾ ਇੱਕ ਬਹੁਤ ਵੱਡਾ ਪ੍ਰਚਾਰ ਕਿਸੇ ਕਾਰਨ ਕਰਕੇ ਉਹ ਵਿਸ਼ੇ ਤੋਂ ਬਾਹਰ ਨਿਕਲ ਗਿਆ ਦੋਰੀਆਂ ਬੁੱਕੀਆਂ ਦਾ ਬੜਾ ਮਹੱਤ ਅੱਜ ਉਹਦਾ ਵਹਿਮ ਹੈ ਪੂਰੇ ਸੰਸਾਰ ਦੁਨੀਆਂ ਅੱਜ ਉਹਦਾ ਬੜ ਜਿਹਨੂੰ ਹੋਇਆ ਪਿਆ ਕਿਉਂ ਕਿਉਂਕਿ ਉਹਦੇ ਮਗਰ ਉਲਟੀ ਦਾ ਬੰਦੇ ਬੜੇ ਲੱਗ ਗਏ ਨਾ ਇਹਨੇ ਕੱਟ ਕਰ ਲਿਆ ਤਾਂ ਹੋਟਲ ਹੀ ਬੜੇ ਕੰਮ ਦੀਆਂ ਆਪਣੀਆਂ ਮੋਦੀ ਵਰਗੀਆਂ ਨੇ ਵੀ ਤਰੀਫ ਕੀਤੀ ਮੋਦੀ ਵਰਗੀਆਂ ਨੇ ਜੇ ਸਾਡੇ ਮੁਲਕ ਦੇ ਸਮਾਜ ਹੋ ਗਈ ਨਾ ਉਹਦਾ ਮੁਲਕ ਉੱਠਿਆ ਉਹ ਤੇਰੇ ਮੁਲਕ ਵਿੱਚ ਪੈਗੰਬਰ ਬੈਠਾ ਹੈ ਉਹਦੀ ਤਰੀਫ ਤਾਂ ਕਦੇ ਕਰਕੇ ਦੇਖਦਾ ਉਹਦੀ ਤਰੀਫ ਕਰ ਰਿਹਾ ਮੋਦੀ ਹੁਣ ਉਹ ਖਵਾਸ ਆਉਣੀ ਜਿਹੜਾ ਬਾਬਾ ਜੀ ਨੂੰ ਆਪਣੇ ਕਹਿੰਦਾ ਮੈਂ ਜੇਲ੍ਹ 'ਚ ਬਾਬਾ ਜੀ ਕਰ ਬਾਬਾ ਜੀ ਦਾ ਗਲਤ ਕੰਮ ਕਰ ਇੱਥੋਂ ਤੱਕ ਬਾਬਾ ਜੀ ਨੂੰ ਆਪਦੇ ਨਿਸ਼ਕਾਰ ਵੀ ਕਰਕੇ ਜਾਂਦਾ ਹੁਣ ਵੀ ਕਰਦਾ ਸੀ ਬਾਬਾ ਜੀ ਕਿਹੜਾ ਦੱਸੋ ਕੁਮਾਰ ਜੀ ਕੀ ਕਹਿੰਦਾ ਸਵਾਮੀ ਜੀ ਦੱਸੋ ਕਿਹੜਾ ਸਵਾਮੀ ਜੀ ਬਾਬਾ ਜੀ ਦੁਨੀਆਂ ਜਿਹੜਾ ਲਾਲ ਜੀ ਦੇ ਕੱਪੜਿਆਂ ਤੋਂ ਬੜੀ ਖੁਸ਼ ਹੁੰਦੀ ਹੈ ਮੈਂ ਪਾਲਾ ਤੁਸੀਂ ਕਿਹਾ ਵੀ ਭੇਖ ਨਹੀਂ ਬਣਾਉਂਦਾ ਬਾਬਾ ਕਹਿੰਦਾ ਮੇਰਾ ਕੀ ਕਹਿੰਦਾ ਪਾਲਾ ਭਾਈ ਮੈਨੂੰ ਕੀ ਮਾਇਆ ਨੇ ਜੋੜ ਗਿਆ ਪਾਲਾ ਕੱਪੜੇ ਦੀ ਪਾਲਾ ਪਰ ਇਹ ਕਿਹਾ ਬਾਬਾ ਜੀ ਕਹਿੰਦਾ ਮੁਕਾਰਾ ਜੀ ਕਿੱਥੇ ਲਿਖਿਆ ਕਿ ਇਹ ਜਿਹੇ ਰੰਗ ਬਣ ਗਏ ਕੱਪੜੇ ਪਾ ਕੇ ਸੰਸਾਰ ਨੂੰ ਪਾ ਕੇ ਆਪਣਾ ਆਪਣੇ ਸੁਣ ਪਏ ਸੰਸਾਰ ਨੂੰ ਦੋੜਾ ਕਿ ਨਹੀਂ ਸੰਸਾਰ ਨੂੰ ਜੋੜੋ ਤੂੰ ਰੱਬ ਨਾਲ ਜੋੜ ਸੰਸਾਰ ਨੂੰ ਰੱਬ ਦੀ ਮੁਕਤੀ ਇੱਕੋ ਮਿਲਦੀ ਹੈ ਭਾਈ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ ਮੁਕਤ ਹੋ ਜਾਏਗਾ ਚੁਰਾਸੀ ਚ ਨਹੀਂ ਜਾਏਗਾ ਜੇ ਆਪਣੇ ਪਖੰਡ ਕਰਦੇ ਰਹੇ ਨਾ ਇੱਧਰ ਦੇ ਨਾ ਉੱਧਰ ਦੇ ਚੁਰਾਸੀ ਗਿਆ
ਔਰ ਕਲਾਸੀ ਵੀ ਜਿਹੜੇ ਇਹੋ ਜਿਹੇ ਕੰਮ ਕਰਦੇ ਉਹਨਾਂ ਨਾਲ ਬਹੁਤ ਭੈੜੀ ਕਲਾਸੀ ਹੈ। ਗੁਰੂ ਅਰਜਨ ਦੇਵ ਜੀ ਨੇ ਤਾਂ ਇਹੋ ਜਿਹੇ ਕੰਮ ਕਰਨ ਨੂੰ ਲਿਖਿਆ ਗੁਣਾ ਦਾਰ ਤੇ ਨਮਕ ਹਰਾਮੀ ਸੱਤ ਸੌ ਸੈਂਤੀ ਨੰਬਰ ਪੜ੍ਹਨਾ ਕਹਿੰਦਾ ਇਹ ਤਾਂ ਦੋਸ਼ੀ ਮੇਰਾ ਬੋਲੇ ਰੱਬ ਨੇ ਇਹਨਾਂ ਨੂੰ ਬੰਦੇ ਬਣਾ ਕੇ ਭੇਜਿਆ ਇਹ ਤੇਖ ਧਾਰ ਕੇ ਲੋਕਾਂ ਨੂੰ ਗੁਮਰਾਹ ਕਰੀ ਜਾਂਦੇ ਨੇ ਇਸ ਕਰਕੇ ਇਹਨਾਂ ਨੇ ਤਾਂ ਦੋਸ਼ੀ ਨੇ ਗੁਣਾਦਾਰ ਦੋਸ਼ੀ ਨੂੰ ਕਹਿੰਦੇ ਆਪਾਂ ਦੇ ਰਹੇ ਹਾਂ ਲਾਲਤਾ ਚੱਲਦਾ ਅਸੀਂ ਲੋ ਜੀ ਅੱਜ ਪੇਸ਼ ਕਰਤਾ ਜੀ ਕਿ ਗੁਣਾਹ ਹੈ ਉਹ ਕਰਦੇ ਵੀ ਠੀਕ ਹੈ ਤੂੰ ਗੁਣਾਦਾਰ ਹੈ ਕਰ ਤੂੰ ਚਲਾ ਲਓ ਆ ਦੇਖੋ ਆਪਾਂ ਦੇਖਦੇ ਹਾਂ ਲਾਲਤਾ ਨੂੰ ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਇਹ ਕੰਮ ਕਰਦੇ ਵੀ ਗੁਣਾਦਾਰ ਨੇ ਗੁਣਾਦਾਰ ਦੇ ਨਾਲ ਇੱਕ ਹੋਰ ਗੱਲ ਕਹਿੰਦੇ ਗੁਣਾਦਾਰ ਤੇ ਨਾਮ ਕਹਾਉਣੀ ਕਿਉਂ ਨਾ ਕਹਾਣੀ ਕਿਉਂ ਸਰੀਰ ਕੀ ਹੈ ਦੱਸੋ ਕਿੱਥੋਂ ਮਿਲਿਆ ਸਰੀਰ ਅਜੇ ਸਾਡੇ ਸੁਪਨੇ ਕਿੱਥੋਂ ਮਿਲਦੇ ਨੇ ਸਾਡੀ ਕੰਮ ਕਿੱਦਾਂ ਮਿਲਦੇ ਨੇ ਧੰਨ ਮਿਲਿਆ ਤਾਂ ਕਿੱਥੋਂ ਮਿਲਿਆ ਆਪਾਂ ਇੱਕ ਲੱਭ ਜਾਣ ਬਣਦੇ ਹਾਂ ਕਿ ਮਾਇਆ ਬੜੀ ਪਾਪਣਾ ਹੈ ਇਹ ਮਾਇਆ ਪਾਪਣਾ ਤਾਂ ਸਰੀਰੀ ਤਾਂ ਮਾਇਆ ਹੈ ਇਸੇ ਵੀ ਗੁਰਬਾਣੀ 'ਚ ਲਿਖਿਆ ਮਾਇਆ ਧਾਰੀ ਅੰਨਾ ਬੋੜਾ ਜਿਹਨੇ ਸਰੀਰ ਧਾਰਿਆ ਤਾਂ ਅੰਨਾ ਬੋੜਾ ਹੋ ਗਿਆ ਹੈ ਸਤਮਾ ਦੇ ਬਚਨ ਸੁਣਦਾ ਨਹੀਂ ਅਮਲ ਨਹੀਂ ਕਰਦਾ ਸਰੀਰ ਨੂੰ ਗਾਜ ਦੇ ਹੱਥੇ ਕਮਾ ਆਪਣੇ ਬੱਚਿਆਂ ਦਾ ਕੰਮ ਕਰ ਲਿਆ ਸਾਰ ਨਾ ਜਾਣੇ ਬਹੁਤ ਰੋਡ 'ਚ ਚਲਾ ਕਿਹੜਾ ਪਾਗਲ ਹੋਣਾ ਚਾਹੀਦਾ ਇਸ ਕਰਕੇ ਸਤਿਗੁਰੂ ਆ ਕੇ ਸੰਸਾਰ ਨੂੰ ਵਿਗਾੜਦਾ ਹੈ ਉੱਠ ਗੋਰੀ ਦਾਸ ਪਿਆ ਦੁਨੀਆ ਭਰ ਮਿਲਿਆ ਬਾਟੋ ਹੀ ਨਿਜੇ ਬੱਤਿਆ ਇਹ ਬੱਤਿਆ ਦਾ ਰੱਬ ਕਿਤੇ ਕੋਈ ਸ਼ਾਂਤ ਰੱਖਿਆ ਤੈਨੂੰ ਰੱਬ ਦਾ ਗਿਆਨ ਤਾਂ ਬਾਅਦ ਵਿੱਚ ਕਰਦੇ ਸੀ ਆਵਾਜ਼ ਮਾਰਦਾ ਹੈ ਤੂੰ ਗਰੀਬੀ ਵਾਧਾ ਮਾਰਦੇ ਨੇ ਇਨਸਾਨ ਅੱਜ ਇਨਸਾਨ